बोलो। मैं शिवराम सरोए, अज मोहल्ला हाता शेरजंग जो डिवीजन नंबर 3 दे बिल्कुल नज़दीक है, उस महल्ले दे विच साढ़े बहुत सारे परिवार रहिंदे ने, जो अज विश्व के अंदर नोवल करोना वायरस जिहड़ा उहदी बीमारी चली हुई है, उहदे विच जिथे सारा विश्व चिंतित है, उत्थे असी सारे ही नागरिक अपनी ड्यूटी दे पाबंद रहन लई सानू सारयां नू अपने घरां दे विच रहना चाहीदा, जिहड़ा साडा सोशल डिस्टेंस है उहनू बना के रखना चाहीदा, तां कि जिहड़ी इह बीमारी है इहनू असी इसे तरीके नाल जो सानू साडी भारत सरकार और साडी पंजाब सरकार साडा जिला प्रशासन जिहड़ा सानू इह मैसेज दे रहा कि असी सारयां ने ही रल के इस समस्या नू निपटना है। सो अज असी अपने इस महला हाता शेरजंग च अपने जिहड़े परिवार ने उहनां नू सारयां नू आगाह किया, उहनां नू दस्या कि सानू सारयां नू मास्क जिहड़े पहनने चाहीदे है, उस तो बाद सैनीटाइज करवाया जा रहा इलाका सारा। साढ़े गुरद्वारा साहब तो गुरु रविदास जी महाराज का जिहड़ा गुरद्वारा, साढ़े गुरद्वारा सिंह सभा, श्री राम शरणम आश्रम, इत्थों भी साढ़े सारे जिहड़े प्रचारक हैगे आ उन्हां तो असी अपील, उन्हां तो असी अनाउंसमेंट द्वारा लोगों नू जाणू करवाया कि अपने अपने घरां दे विच अपने अपने परिवारां च अपने आप नू सेफ रखो और घर तो बाहर ना निकलो। असी सारे ही जिला प्रशासन का साथ देईए, सरकार का साथ देईए, जिस नाल असी इस बीमारी का जिहड़ा मुकाबला कर सकते हैं। ਜਿੱਦਾਂ ਦੇਖਿਆ ਜਾਵੇ ਜੀ, ਮੋਦੀ ਸਾਹਿਬ ਜੀ ਨੇ 21 ਦਿਨ ਦਾ ਲੋਕਡਾਊਨ ਕੀਤਾ ਹੋਇਆ ਵਾ ਅਤੇ ਕਈ ਲੋਕਾਂ ਨੂੰ ਖਾਣਾ ਨਹੀਂ ਮਿਲ ਰਿਹਾ, ਉਹ ਬਹੁਤ ਤੰਗ ਆ ਰਹੇ ਆ ਜੀ। ਜਿਹੜਾ ਲੋਕਡਾਊਨ ਕੀਤਾ ਗਿਆ ਹੈਗਾ ਉਸ ਦੇ ਵਿੱਚ ਸਾਡੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਿਵੇਂ ਅਸੀਂ ਅੰਨਜਲ ਸੇਵਾ ਟਰੱਸਟ ਜਿਹੜੀ ਹੈ ਸਿਵਲ ਹਸਪਤਾਲ ਦੇ ਅੰਦਰ ਚਲਾ ਰਹੇ ਹੈਗੇ ਹਾਂ, ਸਾਡੀ ਵੀ ਜਿਹੜੀ ਹੈ ਡਿਊਟੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੱਗੀ ਹੋਈ ਹੈ, ਸਾਡੀ ਸਮਾਜਿਕ ਤੌਰ 'ਤੇ ਵੀ ਡਿਊਟੀ ਬਣਦੀ ਹੈ ਕਿ ਸਾਡੇ ਤੋਂ ਇਲਾਵਾ ਹੋਰ ਵੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਜ਼ਰੂਰਤਮੰਦ ਲੋਕਾਂ ਤੱਕ ਭੋਜਨ ਮੁਹੱਈਆ ਕਰਵਾ ਰਹੀਆਂ। ਅਸੀਂ ਵੀ ਜਿਹੜੀਆਂ ਕਈ ਮੁਹੱਲਿਆਂ ਦੇ ਵਿੱਚ ਗਏ, ਕਈ ਵਿਹੜਿਆਂ ਦੇ ਵਿੱਚ ਗਏ ਹਾਂ, ਸਰਕਾਰ ਦੇ ਨਿਯਮਾਂ ਅਨੁਸਾਰ ਜੋ ਉਹਨਾਂ ਦੇ ਨਿਯਮ ਹੈ ਕਿ ਉਹਨਾਂ ਨੂੰ ਅਸੀਂ ਭੋਜਨ ਜਿਹੜਾ ਦਈਏ, ਔਰ ਜਦੋਂ ਅਸੀਂ ਭੋਜਨ ਦੇਣ ਲੱਗਣਾ ਉਸ ਵੇਲੇ ਸਾਡੇ ਆਪਣੇ ਦਸਤਾਨੇ ਪਾਏ ਹੋਣੇ ਚਾਹੀਦੇ ਆ, ਔਰ ਸਾਨੂੰ ਉੱਥੇ ਦੀ ਜਿਹੜੀ ਗੈਦਰਿੰਗ ਹੈਗੀ ਆ ਉਹਨੂੰ ਇਕੱਠਿਆਂ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ, ਵਨ ਬਾਈ ਵਨ ਕਰਕੇ ਉਹਨਾਂ ਨੂੰ ਜਿਹੜਾ ਇਹ ਭੋਜਨ ਆ ਉਹ ਮੁਹੱਈਆ ਕਰਵਾਉਣਾ ਚਾਹੀਦਾ। ਪਰ ਫਿਰ ਵੀ ਬਹੁਤ ਸਾਰੇ ਲੋਕਾਂ ਦਾ ਇਹਨਾਂ ਗੱਲਾਂ ਦੇ ਵਿੱਚ ਹੈਗਾ ਕਿ ਸਾਡੇ ਕੋਲ ਜਿਹੜੀ ਇਹ ਖਾਣੇ ਦੀ ਪਹੁੰਚ ਨਹੀਂ ਹੋਈ, ਉਹ ਸਾਨੂੰ ਲੋਕ ਥੋੜ੍ਹਾ ਜਿਹਾ ਸਹਿਯੋਗ ਦੇਣ ਜਿੱਥੇ ਇੰਨਾ ਦਿੱਤਾ ਹੈਗਾ, ਤਾਂ ਅਸੀਂ ਰਲ ਕੇ ਹੋਰ ਸੰਸਥਾਵਾਂ, ਜ਼ਿਲ੍ਹਾ ਪ੍ਰਸ਼ਾਸਨ ਨੇ, ਕਾਰਪੋਰੇਸ਼ਨ ਜਿਹੜੀ ਸਾਡੀ ਲੁਧਿਆਣੇ ਦੀ ਉਹਨੇ ਵੀ, ਪੁਲਿਸ ਪ੍ਰਸ਼ਾਸਨ ਬਹੁਤ ਵਧੀਆ ਰੋਲ ਅਦਾ ਕਰ ਰਹੀ ਹੈ, ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ, ਸਿਹਤ ਵਿਭਾਗ ਦਾ ਪੂਰੇ ਵਿਸ਼ਵ ਦੇ ਅੰਦਰ ਹੀ ਬਹੁਤ ਵਧੀਆ ਆਪਣਾ ਰੋਲ ਅਦਾ ਕਰ ਰਿਹਾ, ਸਾਨੂੰ ਉਹਨਾਂ ਸਾਰਿਆਂ ਦਾ ਵੀ ਸਹਿਯੋਗ ਕਰਨਾ ਚਾਹੀਦਾ। ਜੇ ਅਸੀਂ ਸਾਰੇ ਲੋਕ ਵਾਰ ਵਾਰ ਇਸ ਕਾਨੂੰਨ ਦੀ ਉਲੰਘਣਾ ਕਰਾਂਗੇ, ਬਾਹਰ ਜਾਵਾਂਗੇ, ਤਾਂ ਉਹ ਸਾਡੀ ਸੇਫਟੀ ਜਿਹੜੀ ਆ ਉਹ ਕਿਵੇਂ ਬਣੀ ਰਹੂਗੀ। ਸੋ ਅਸੀਂ ਅਪੀਲ ਕਰਦੇ ਹਾਂ ਕਿ ਸਾਨੂੰ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਇਸ ਜ਼ਰੂਰਤਮੰਦਾਂ ਦੀ ਮਦਦ ਕਰਨੀ ਚਾਹੀਦੀ ਆ, ਉਹਦੇ ਵਾਸਤੇ ਪ੍ਰਸ਼ਾਸਨ ਦਾ ਸਾਥ ਦੇਣ ਨਾਲ ਸਾਡੀ ਮਦਦ ਹੋ ਸਕਦੀ ਆ। ਬਾਕੀ ਅਸੀਂ ਜਲਦੀ ਹੀ ਅੰਨਜਲ ਸੇਵਾ ਟਰੱਸਟ ਵੱਲੋਂ ਜਿਹੜੀਆਂ ਜਿਹੜੇ ਬਿਲਕੁਲ ਪੰਛੀ ਨੇ, ਬੇਜਵਾਨ ਪੰਛੀ ਆ, ਉਹਨਾਂ ਵਾਸਤੇ ਵੀ ਦਾਣਾ ਪਾਣੀ ਦਾ ਇੰਤਜ਼ਾਮ ਕੀਤਾ, ਉਹਨਾਂ ਵਾਸਤੇ ਵੀ ਇੱਕ ਅਪੀਲ ਕਰਾਂਗੇ ਕਿ ਆਪਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ, ਬਾਲਕੋਨੀਆਂ 'ਚ ਉਹਨਾਂ ਪੰਛੀਆਂ ਲਈ ਪਾਣੀ ਉਹਦਾ ਇੰਤਜ਼ਾਮ ਹੋਣਾ ਚਾਹੀਦਾ। ਜਿਹੜੀਆਂ ਸਾਡੀਆਂ ਗਊਸ਼ਾਲਾਵਾਂ ਨੇ ਉਹਦੇ ਵਾਸਤੇ ਵੀ ਪ੍ਰਸ਼ਾਸਨ ਤੋਂ ਅਪੀਲ ਕੀਤੀ ਆ, ਮੰਗ ਕੀਤੀ ਆ ਕਿ ਉਹਨਾਂ ਦੇ ਵਿੱਚ ਵੀ ਜਿਹੜਾ ਚਾਰਾ ਉਹਦਾ ਵੀ ਪ੍ਰਬੰਧ ਕਰਵਾਇਆ ਜਾਵੇ। ਅਸੀਂ ਆਪਣੇ ਪੱਧਰ 'ਤੇ ਵੀ ਇੱਕ ਮੁਹਿੰਮ ਦਾ ਆਗਾਜ਼ ਕੀਤਾ ਹੈ। ਸਰ, ਦੇਖਿਆ ਜਾਵੇ ਜਿਹੜੇ ਪ੍ਰਵਾਸੀ ਹੈਗੇ ਨੇ ਜੀ, ਜਿਹੜੇ ਪ੍ਰਵਾਸੀ ਹੈਗੇ ਨੇ ਉਹ ਪਿੰਡਾਂ ਨੂੰ ਜਾ ਰਹੇ ਨੇ, ਪੈਦਲ ਸਫ਼ਰ ਕਰ ਰਹੇ ਨੇ, ਜੋ ਜਿਨ੍ਹਾਂ ਤੋਂ ਅਸੀਂ ਇੰਨਾ ਕੰਮ ਲਿੱਤਾ ਹੈ, ਜਿਨ੍ਹਾਂ ਦੇ ਸਿਰ 'ਤੇ ਇੰਡਸਟਰੀਆਂ ਚੱਲ ਰਹੀਆਂ, ਅੱਜ ਉਹੀ ਨਹੀਂ ਉਹਨਾਂ ਨੂੰ ਇੰਨੀ ਪ੍ਰਸ਼ਾਸਨ ਸਹਿਯੋਗ ਕਰ ਰਿਹਾ, ਤੁਸੀਂ ਕੀ ਕਹਿਣਾ ਚਾਹੋਗੇ? ਅਤੇ ਸਰ, ਇੱਕ ਆਖਰੀ ਸਵਾਲ ਹੈ, ਤੁਸੀਂ ਕਰੋਨਾ ਵਾਇਰਸ ਨੂੰ ਚੱਲਦੇ ਤੁਸੀਂ ਲੋਕ ਮੁੱਲ ਲੁਧਿਆਣਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਕਰੋਨਾ ਵਾਇਰਸ ਦੇ ਲਈ ਮੈਸੇਜ ਤਾਂ ਜਿਹੜਾ ਸਾਰੇ ਹੀ ਸਰਕਾਰਾਂ ਵੱਲੋਂ, ਸਾਰੇ ਪ੍ਰਸ਼ਾਸਨ ਵੱਲੋਂ, ਸਾਡੀਆਂ ਸਮਾਜ ਸੇਵੀ ਸੰਸਥਾਵਾਂ ਖਾਸ ਕਰਕੇ ਸਾਡੇ ਵੱਲੋਂ ਅੱਜ ਜਿਹੜਾ ਅਸੀਂ ਮਹੱਲੇ ਪੱਧਰ 'ਤੇ ਕੀਤਾ, ਸਾਨੂੰ ਸਾਰੇ ਮਹੱਲਿਆਂ ਦੇ ਜਿੰਨੇ ਵੀ ਸਾਡੇ ਅਹੁਦੇਦਾਰ ਆ, ਜਿੰਨੇ ਵੀ ਸਾਡੇ ਸਮਾਜ ਸੇਵੀ ਲੋਕ ਨੇ, ਧਾਰਮਿਕ ਅਦਾਰੇ ਨੇ, ਉਹਨਾਂ ਨੂੰ ਆਪਣੇ ਆਪ ਜਿਹੜਾ ਇਕੱਠ ਨਹੀਂ ਕਰਨਾ ਚਾਹੀਦਾ, ਔਰ ਆਪਣੇ ਘਰਾਂ ਦੇ ਵਿੱਚ ਰਹਿ ਕੇ ਪੈਰ ਜਿਹੜਾ ਘਰ ਤੋਂ ਬਾਹਰ ਨਹੀਂ ਪੁੱਟਣਾ ਚਾਹੀਦਾ, ਅਤੇ ਜਿਸ ਤਰੀਕੇ ਦੇ ਨਿਰਦੇਸ਼ ਨੇ ਉਹਨਾਂ ਦੀ ਪਾਲਣਾ ਕਰਕੇ ਸਾਨੂੰ ਥੋੜ੍ਹਾ ਜਿਹਾ ਇਸ
ਮੋਮ ਦੇ ਵਿੱਚ ਥੋੜ੍ਹਾ ਜਿੱਥੇ ਇੰਨਾ ਸਫ਼ਰ ਕੀਤਾ ਉੱਥੇ ਹੋਰ ਕਰਕੇ ਆਪਾਂ ਇਸ ਬਿਮਾਰੀ ਨੂੰ ਜਿਹੜਾ ਹੈਗਾ ਆਪਣੇ ਦੇਸ਼ ਦੇ ਵਿੱਚ ਭਜਾਈਏ। ਥੈਂਕ ਯੂ ਸਰ।